ਸਤਿ ਸ਼੍ਰੀ ਅਕਾਲ ਜੀ ਪੰਜਾਬ ਬੋਲ ਦਾ ਦੇਖ ਰਹੇ ਸਰ ਦਰਸ਼ਕਾਂ ਦਾ ਮੈਂ ਅਮਨਦੀਪ ਸਿੰਘ ਸਵਾਗਤ ਕਰਦਾ ਦੋਸਤੋ 99 ਸਾਲ ਹੋ ਚੁੱਕੇ ਨੇ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਵਾਰ ਫੇਰ ਜਿਹੜੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੂੰ ਥਾਪਿਆ ਗਿਆ ਤੇ ਇਸ ਨੂੰ ਲੈ ਕੇ ਲਗਾਤਾਰ ਜਿੱਥੇ ਸਵਾਲ ਵੀ ਉੱਠਦੇ ਰਹੇ ਨੇ ਤੇ 99 ਸਾਲਾਂ ਦੀ ਕਾਰਗੁਜ਼ਾਰੀ ਦਾ ਪੰਜਾਬ ਦੇ ਸਿੱਖਾਂ ਦੇ ਵਿੱਚ ਵੀ ਕਾਫੀ ਜਿਹੜਾ ਵੇਰਵਾ ਹੈਗਾ ਕਿ ਕਿਸ ਤਰੀਕੇ ਦੇ ਨਾਲ ਕਾਰਜ ਕਰ ਰਿਹਾ ਹੈ ਕਿਸ ਤਰੀਕੇ ਦੇ ਨਾਲ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਬਣਨ ਦਾ ਸ਼੍ਰੋਮਣੀ ਕਮੇਟੀ ਦੇ ਵੱਲੋਂ ਜਿਹੜਾ ਕੰਮ ਕੀਤੇ ਗਏ ਨੇ ਹਾਲਾਂਕਿ ਮਹੰਤਾਂ ਦੇ ਸਿਸਟਮ ਨੂੰ ਲੈ ਕੇ 15 ਨਵੰਬਰ 1920 ਨੂੰ ਸ਼੍ਰੋਮਣੀ ਕਮੇਟੀ ਹੋਂਦ ਦੇ ਵਿੱਚ ਆਈ ਸੀ ਤੇ 99 ਸਾਲ ਹੋ ਚੁੱਕੇ ਨੇ ਅਗਲੇ ਸਾਲ ਸ਼ਤਾਬਦੀ ਮਨਾਈ ਜਾਣੀ ਹੈ ਪਰ ਸਵਾਲ ਹੈਗੇ ਕਿ ਜਿਹੜੇ ਜਿਸ ਮੰਤਵ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਦੇ ਵਿੱਚ ਆਈ ਸੀਗੀ ਉਸ ਮੰਤਵ ਨੂੰ ਲੈ ਕੇ ਕੀ ਕੰਮ ਕੀਤੇ ਗਏ ਨੇ ਕਿ ਸਿੱਖਾਂ ਦੇ ਮਸਲੇ ਗੁਰਦੁਆਰਿਆਂ ਦੇ ਪ੍ਰਬੰਧ ਜਾਂ ਫਿਰ ਕਹਿ ਲਈਏ ਕਿ ਸਿੱਖਾਂ ਦੀ ਸਿਹਤ ਦੇ ਲਈ ਐਜੂਕੇਸ਼ਨ ਦੇ ਲਈ ਜਿਹੜੇ ਕਦਮ ਚੁੱਕਣੇ ਜਾਈ ਚਾਹੀਦੇ ਸਨ ਉਹ ਚੁੱਕੇ ਗਏ ਨੇ ਕੋਈ ਸਿੱਖ ਸਾਡੇ ਨਾਲ ਮੌਜੂਦ ਹੈਗੇ ਨੇ ਤਾਂ ਤੁਹਾਨੂੰ ਜਾਣਦੇ ਆ ਕਿ ਕਿਸ ਤਰੀਕੇ ਦੇ ਨਾਲ ਕਾਰਜ ਕਰ ਰਿਹਾ ਹੈ ਤੇ ਕੀ ਕੰਮ ਕਰਨੇ ਚਾਹੀਦੇ ਨੇ ਸਤਿ ਸ਼੍ਰੀ ਅਕਾਲ ਜੀ ਵਾਹਿ ਖਾਲਸਾ ਵਾਹਿ ਜਿੱਕੀ ਫਤਿਹ ਕੀ ਨਾਮ ਹੈ ਜੀ ਮੇਰਾ ਨਾਮ ਵਿਕਰਮਜੀਤ ਸਿੰਘ ਹੈ अच्छा विक्रम जी जी जिस तरीके ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕੰਮ ਕੀਤੇ ਜਾਣੇ ਚਾਹੀਦੇ ਸਨ 99 ਸਾਲ ਹੋ ਗਏ ਨੂੰ ਲੱਗਦਾ ਹੈ ਕਿ ਬਿਹਤਰੀਨ ਤਰੀਕੇ ਨਾਲ ਕੀਤੇ ਨੇ ਜਾਂ ਫਿਰ ਅਜੇ ਵੀ ਕੋਈ ਕਮੀ ਹੈ ਇਸ ਤਰ੍ਹਾਂ ਜਿਵੇਂ ਇਹ ਜਿਹੜੀ ਸ਼੍ਰੋਮਣੀ ਕਮੇਟੀ ਹੈ ਇਹ ਬਹੁਤ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਇਹ ਹੋਂਦ ਵਿੱਚ ਆਈ ਬਿਲਕੁਲ ਸਿੱਖਾਂ ਨੇ ਆਪਣਾ ਬਹੁਤ ਖੂਨ ਡੋਲਿਆ ਜਿਹਦੇ ਕਰਕੇ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ ਤੇ ਸਾਰੇ ਗੁਰਸਿੱਖਾਂ ਨੇ ਇਕੱਠੇ ਹੋ ਕੇ ਜਦੋਂ ਨਨਕਾਣਾ ਸਾਹਿਬ ਦੇ ਸ਼ਹੀਦ ਹੋਏ ਤਾਂ ਉਹਨਾਂ ਨੇ ਸ਼ਹੀਦ ਸਿੱਖ ਮਿਸ਼ਨਰੀ ਕਾਲ ਜਬਾਲੇ ਆਪਣੀ ਵਿਚਾਰ ਦਿੱਤੀ ਜੀ ਤੇ ਸ਼ਹੀਦ ਸਿੱਖ ਮਿਸ਼ਨਰੀ ਕਾਲ ਬਣਿਆ ਇਹਦੇ ਵਿੱਚੋਂ ਬੜੇ-ਬੜੇ ਚੰਗੇ ਪ੍ਰਚਾਰਕ ਵੀ ਨਿਕਲ ਕੇ ਗਏ ਪਰ ਸ਼੍ਰੋਮਣੀ ਕਮੇਟੀ ਦੀ ਜਿਹੜੀ ਕਾਰਗੁਜ਼ਾਰੀ ਆ ਇਹ ਬਹੁਤ ਹੱਦ ਤੱਕ ਮਾੜੀ ਕਹੀ ਜਾ ਸਕਦੀ ਆ ਕਿਉਂਕਿ ਜਿੰਨਾ ਇਹਨਾਂ ਨੂੰ ਪੈਸਾ ਜਿਹੜਾ ਵਾ ਐਜੂਕੇਸ਼ਨ ਦੇ ਉੱਤੇ ਲਾਉਣਾ ਚਾਹੀਦਾ ਸੀ ਉਹ ਇਹਨਾਂ ਨੇ ਨਹੀਂ ਲਾਇਆ ਜੀ ਸਾਡੇ ਨੌਜਵਾਨ ਬੱਚੇ ਜਿਹੜੇ ਆ ਉਹ ਪੰਜਾਬੀ ਛੱਡ ਕੇ ਤੇ ਦੂਸਰੇ ਸਕੂਲਾਂ ਦੇ ਵਿੱਚ ਜਾਂਦੇ ਨੇ ਜਿੱਥੇ ਕਿ ਅੰਗਰੇਜ਼ੀ ਤੇ ਹਿੰਦੀ ਪੜ੍ਹਾਈ ਜਾਂਦੀ ਹੈ ਤੇ ਪੰਜਾਬੀ ਬੋਲੀ ਨੂੰ ਉਹ ਜੱਡ ਬੋਲੀ ਕਰਕੇ ਉਹ ਸਕੂਲ ਵਾਲੇ ਆਸਟਰ ਜਾਂ ਦੂਜੇ ਸਜ਼ਾ ਤੱਕ ਵੀ ਦਿੰਦੇ ਆ ਇਹ ਸ਼ਰੋਮਣੀ ਕਮੇਟੀ ਨੂੰ ਨੀਵੇਂ ਪੱਧਰ ਤੋਂ ਲੈ ਕੇ ਉੱਚੇ ਪੱਧਰ ਤੱਕ ਜਿੰਨੇ ਵੀ ਪ੍ਰਾਈਵੇਟ ਸਕੂਲ ਹਨ ਜਾਂ ਸ਼੍ਰੋਮਣੀ ਕਮੇਟੀ ਦੇ ਪੰਜਵੀਂ ਤੱਕ ਹਰ ਇੱਕ ਨੂੰ ਪੰਜਾਬੀ ਲਾਜ਼ਮੀ ਚਾਹੀਦੀ ਹੈ ਜਿਹੜੀ ਕਿ ਸਾਡੀ ਮਾਂ ਬੋਲੀ ਆ ਉਸ ਤੋਂ ਬਾਅਦ ਬੰਦਾ ਪੜ੍ਹ ਕੇ ਜਿੱਥੇ ਮਰਜੀ ਚੰਗੀ ਐਜੂਕੇਸ਼ਨ ਜਿਹੜੀ ਆ ਉਹ ਪ੍ਰਾਪਤ ਕਰ ਸਕਦਾ ਇਹ ਸਾਡੇ ਵਿੱਚ ਬਹੁਤ ਵੱਡੀ ਘਾਟ ਆ ਇੱਥੇ بڑے بڑے ਇਕੱਠ ਹੁੰਦੇ ਆ ਜਿੰਨੇ ਵੀ ਬੰਦੇ ਉਹਨਾਂ ਇਕੱਠਾਂ ਦੇ ਵਿੱਚ ਹੁੰਦੇ ਆ ਉਹਨਾਂ ਦੇ ਬਹੁਤੇ ਬੱਚੇ ਜਿਹੜੇ ਆ ਉਹ ਪਬਲਿਕ ਸਕੂਲਾਂ ਦੇ ਵਿੱਚ ਅੰਗਰੇਜ਼ੀ ਪੜ੍ਹਦੇ ਆ ਉਦਾਂ ਉਹ ਪੰਜਾਬੀ ਦਾ ਬੜਾ ਹੁਕਾ ਦਿੰਦੇ ਆ ਕਿ ਅਸੀਂ ਪੰਜਾਬੀ ਦੇ ਬੜੇ ਅਲੰਭਰਦਾਰ ਆ ਇਹ ਤਾਂ ਘਰ ਤੋਂ ਹੀ ਮੁੱਢ ਤੋਂ ਹੀ ਪੰਜਾਬੀ ਜਿਹੜੀ ਆ ਉਹ ਲਾਗੂ ਹੋਣੀ ਚਾਹੀਦੀ ਆ ਕਿਤੇ ਹੋਰ ਬਿਹਤਰੀਨ ਤਰੀਕੇ ਨਾਲ ਕੰਮ ਕਰਨ ਦੀ ਲੋੜ ਹੈਗੀ ਹਾਲੇ ਵੀ ਜੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਅਰਜੀਤ ਸਿੰਘ ਅੱਛਾ ਪ੍ਰਭਜੀਤ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਕਹਾਉਂਦੀ ਹੈ ਬڑے ਮਿਹਨਤ ਮੁਸ਼ਕਲ ਦੇ ਨਾਲ ਜਿਵੇਂ ਇਹਨਾਂ ਨੇ ਦੱਸਿਆ ਕਿ ਹੋਂਦ ਦੇ ਵਿੱਚ ਆਈ ਗੁਰਦੁਆਰਿਆਂ ਦੇ ਪ੍ਰਬੰਧਨ ਦੇ ਲਈ ਸਿੱਖਾਂ ਦੇ ਹਰ ਇੱਕ ਮਸਲੇ ਨੂੰ ਚੁੱਕਣ ਦੇ ਲਈ ਦਾਵਾ ਕਰਦੀ ਹੈ ਸ਼ਰਮਣੀ ਕਮੇਟੀ ਤੋਂ ਲੱਗਦਾ ਹੈ ਕਿ ਅਸਲ ਮਾਇਨੇ ਦੇ ਵਿੱਚ ਸ਼ਰਮਣੀ ਕਮੇਟੀ ਸਿੱਖਾਂ ਦੀ ਨੁਮਾਇੰਦਗੀ ਜੱਥੇਬੰਦੀ ਬਣ ਸਕੀ ਹੈ ਦੇਖੋ ਜੀ ਜਿਹੜੀ ਸ਼ਰਮਣੀ ਸੈਰਮਨੀ ਅਕਾਲੀ ਦਲ ਤੁਹਾਡੀ ਸ਼ਰਮਣੀ ਕਮੇਟੀ ਹੈ ਕਮੇਟੀ ਹੈਗੀ ਹੈ ਨੁਮਾਇੰਦਗੀ ਕਰ ਰਹੀ ਹੈ ਲੇਕਿਨ ਮੈਂ ਨਹੀਂ ਸਮਝਦਾ ਕਿ ਮੁੱਦੇ ਬਹੁਤ ਚੰਗੀ ਤਰ੍ਹਾਂ ਸਿੱਖਾਂ ਦੇ ਚੁੱਕੇ ਜਾ ਰਹੇ ਨੇ ਐ ਜਿਆਦਾ ਕਰਕੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਵਿੱਚ ਹੀ ਸਿਮਟੀ ਹੋਈ ਹੈ ਤੇ ਜਿਹੜੇ ਮੁੱਦੇ ਅੱਜ ਪੰਜਾਬ ਵਿੱਚ ਸਿੱਖਾਂ ਦੇ ਬਹੁਤ ਜ਼ਿਆਦਾ ਹੈਗੇ ਨੇ ਮੈਨ ਐਜੂਕੇਸ਼ਨ ਨੂੰ ਲੈ ਕੇ ਆ ਗਿਆ ਨਸ਼ੇ ਨੂੰ ਲੈ ਕੇ ਹੈਗਾ ਤੇ ਜਿਹੜੇ ਸਿੱਖ ਹੋਰ ਦੂਜੇ ਪਾਸੇ ਡਾਇਵਰਟ ਹੋ ਰਹੇ ਨੇ ਉਹਨਾਂ ਨੂੰ ਚੰਗੀ ਰਾਹ ਤੇ ਲਾਉਣ ਰਸਤੇ ਜੋ ਕੰਮ ਕਰਨਾ ਚਾਹੀਦਾ ਹੈ ਉਹਦੀ ਲੋੜ ਹੈਗੀ ਹੈ ਉਹਨਾਂ ਨੇ ਜੋ ਕਰਿਆ ਨਹੀਂ ਕਰਿਆ ਸਾਨੂੰ ਉਹਦੇ ਉੱਪਰ ਬਹੁਤ ਜ਼ਿਆਦਾ ਜਾਣ ਦੀ ਲੋੜ ਨਹੀਂ ਹੈਗੀ ਬਟ ਅੱਜ ਦੇ ਜਿਹੜੇ ਮੁੱਦੇ ਹੈਗੇ ਨੇ ਜਿਨਾ ਉੱਪਰ ਕੰਮ ਕਰਨਾ ਚਾਹੀਦਾ ਹੈ ਸਿੱਖਿਊ ਪਰ ਉਹਨਾਂ ਨੂੰ ਧਿਆਨ ਦੇਣ ਦੀ ਲੋੜ ਹੈ ਸਿਆਸਤ ਦੇਖੋ ਹਾਵੀ ਹੈਗੀ ਹੈ ਪਰ ਉਸ ਤੋਂ ਬਾਅਦ ਵੀ ਕੰਮ ਹੁੰਦੇ ਨੇ ਇਹ ਸ਼ਿਰਮਣੀ ਕਮੇਟੀ ਨੂੰ ਦੇਖਣਾ ਹੈ ਕਿ ਕਿਸ ਤਰ੍ਹਾਂ ਸਿੱਖਾਂ ਦਾ ਭਲਾ ਹੋਏ ਉਹਨਾਂ ਦੇ ਵਾਸਤੇ ਬਿਹਤਰੀ ਵਾਸਤੇ ਕੰਮ ਹੋਏ ਉਹ ਉਹਨਾਂ ਨੂੰ ਦੇਖਣਾ ਚਾਹੀਦਾ ਹੈ ਜੀ ਬਹੁਤ ਬਹੁਤ ਧੰਨਵਾਦ ਨੌਜਵਾਨ ਹੈਗੇ ਨੇ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਕਰੋੜਾਂ ਦਾ ਬਜਟ ਹੈਗਾ ਤੇ ਇਸ ਦੇ ਵਿੱਚ ਇਹ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਰੁਜ਼ਗਾਰ ਕਿੰਨਾ ਕੁ ਮਿਲ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੰਨਾ ਹੋ ਤੁਹਾਡਾ ਸਰ ਦਵਿੰਦਰ ਸਿੰਘ ਅੱਛਾ ਦਵਿੰਦਰ ਨੌਜਵਾਨ ਹੈਗੇ ਆ ਪੜ੍ਹ ਲਿਖ ਗਏ ਆ ਔਰ ਲੱਗਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਮੰਤਵ ਦੇ ਨਾਲ ਹੋਣ ਦੇ ਵਿੱਚ ਆਈ ਸੀਗੀ ਉਸ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ ਰੁਜ਼ਗਾਰ ਦੇ ਲਈ ਵੀ ਕਿਤਨਾ ਕਿਤੇ ਪ੍ਰਬੰਧ ਤੁਹਾਨੂੰ ਕਰਕੇ ਦਿੱਤੇ ਜਾ ਰਹੇ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਰੋਜ਼ਗਾਰ ਤਾਂ ਹੁਣ ਦੋ ਤਰ੍ਹਾਂ ਦੇ ਇੱਕ ਕਮੇਟੀ ਦੇ ਅੰਡਰ ਹੁੰਦੇ ਨੇ ਇੱਕ ਸਰਕਾਰੀ ਜੌਬ ਦੇ ਲਈ ਹੁੰਦੇ ਨੇ ਕਮੇਟੀ ਦੇ ਅੰਡਰ ਕਮੇਟੀ ਦੇ ਅੰਡਰ ਤਾਂ ਮੈਨੂੰ ਕੋਈ ਨੌਲੇਜ ਨਹੀਂ ਹੈਗੀ ਸੌਰੀ ਬਟ ਇਹਦੇ ਦੂਜੇ ਲੋਟ ਨੇ ਐਜੂਕੇਸ਼ਨ ਦੇ ਲਈ ਕਹਿ ਸਕਦੇ ਆਂ ਵੀ ਜਿਹੜੇ ਇਹਨਾਂ ਦੇ ਸਕੂਲ ਨੇ ਕਾਲਜ ਨੇ ਉੱਪਰ ਉੱਪਰ ਲੈਵਲ ਤੱਕ ਨਹੀਂ ਉਹ ਡੂੰਘੇ ਲੈਵਲ ਦੇ ਅਸੀਂ ਪਿੰਡਾਂ ਚੋਂ ਆਏ ਆਂਗੇ ਸਾਡੇ ਪਿੰਡਾਂ ਤੱਕ ਇਹਨਾਂ ਕਾਲਜਾਂ ਦੀ ਸਕੂਲਾਂ ਦੀ ਕੋਈ ਖਾਸ ਪਹੁੰਚ ਨਹੀਂ ਸੀਗੀ ਜੇ ਪਹੁੰਚ ਸੀਗੀ ਉਹਨਾਂ ਦੀ ਫੀਸ ਬਹੁਤ ਜ਼ਿਆਦਾ ਸੀਗੀ ਤੇ ਇਦੋਂ ਬਿਨਾ ਇਹਨਾਂ ਨੂੰ ਕਾਲ ਸਕੂਲ ਬਧੇ ਖੁੱਲਣੇ ਚਾਹੀਦੇ ਨੇ ਜਿੱਥੇ ਪੰਜਾਬੀ ਪੜ੍ਹਾਇਆ ਜਾਵੇ ਸਿੱਖੀ ਬ ਪੱਗਾ ਬੰਨਣਾ ਤੇ ਜੋਰ ਨਾ ਹੋਵੇ ਸਿੱਖੀ ਵਾਰ ਦੱਸਿਆ ਜਾਵੇ ਤੇ ਹੋ ਸਕੇ ਤਾਂ ਜਿਹੜੇ ਬੀਏਤ ਬਾਚੋਂ ਕੋਈ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਆ ਉਸ ਦੇ ਲਈ ਸੈਂਟਰ ਖੋਲੇ ਜਾਣ ਸਿੱਖੀ ਦੇ ਪ੍ਰਚਾਰ ਦੇ ਲਈ ਤੁਹਾਨੂੰ ਲੱਗਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਚਾਰ ਕਰ ਰਹੀ ਹੈ ਜਿਹੜੇ ਸਿੱਖਾਂ ਦੇ ਮਸਲੇ ਵਿਚਾਰੇ ਜਾਣੇ ਚਾਹੀਦੇ ਨੇ ਉਹ ਵਿਚਾਰੇ ਜਾ ਰਹੇ ਨੇ ਹੱਲ ਹੋ ਰਹੇ ਨੇ ਮਸਲੇ ਵਿਚਾਰੇ ਵੀ ਜਾ ਰਹੇ ਨੇ ਪਰ ਉਹ ਉਸ ਲੈਵਲ ਦੇ ਨਹੀਂ ਵਿਚਾਰੇ ਜਾ ਰਹੇ ਨਾ ਤਾਂ ਆਪਾਂ ਕਹਿ ਸਕਦੇ ਵਿਚਾਰੇ ਜਾ ਹੀ ਨਹੀਂ ਰਹੇ ਨੇ ਵੀ ਵਿਚਾਰੇ ਜਾ ਹੀ ਨਹੀਂ ਰਹੇ ਜਾਂ ਕਈ ਵੀ ਨਾਦੀ ਵਿਚਾਰੇ ਚੰਗੀ ਤਰ੍ਹਾਂ ਜਾ ਵੀ ਰਹੇ ਨੇ ਉਹ ਬਸ ਵੀ ਨਾਮ ਜਾਂ ਕਰਦਣੀ ਵਿਚਾਰੇ ਜਾ ਰਹੇ ਨੇਗੇ ਵੀ ਨਾ ਤਾਂ ਬੰਦਾ ਹੈ ਕਹੀ ਵੀ ਵਿਚਾਰੇ ਨਹੀਂ ਜਾ ਰਹੇ ਤੇ ਜੇ ਅਗਲਾ ਕਹੀ ਵੀ ਤੁਸੀਂ ਵਿਚਾਰੇ ਤਾਂ ਕਹਿਣ ਜੋ ਕਿ ਅਸੀਂ ਵਿਚਾਰ ਰਹੇ ਹਾਂਗੇ ਪਰ ਉਹ ਇੰਨੇ ਵਧੀਆ ਵੀ ਨਹੀਂ ਵਿਚਾਰੇ ਜਾਂਦੇ ਵੀ ਕਿ ਉਹਨਾਂ ਦਾ ਕੋਈ ਰਿਜ਼ਲਟ ਆ ਜੇ ਵਧੀਆ ਇਫੈਕਟਿਵ ਰਿਜ਼ਲਟ ਆ ਬਹੁਤ ਬਹੁਤ ਧੰਨਵਾਦ ਸਸੀਕਲ ਜੀ ਸਸੀਕਲ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਗੁਰਮਨਜੋਤ ਸਿੰਘ ਜੀ ਅੱਛਾ ਕੀ ਲੱਗ ਰਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 99 ਸਾਲ ਪੂਰੇ ਹੋ ਚੁੱਕੇ ਨੇ ਅਗਲੇ ਸਾਲ ਸ਼ਤਾਬਦੀ ਮਨਾਈ ਜਾਣੀ ਹੈ ਤੁਹਾਨੂੰ ਲੱਗਦਾ ਹੈ ਕਿ 99 ਸਾਲਾਂ ਦੇ ਵਿੱਚ ਇਸ ਕਮੇਟੀ ਦੇ ਵੱਲੋਂ ਸਿੱਖਾਂ ਦੀ ਨੁਮਾਇੰਦਗੀ ਜਥੇਬੰਦੀ ਹੋ ਨਮਾਇੰਦਾ ਜੱਥੇਬੰਦੀ ਕੰਮ ਕੀਤੇ ਨੇ ਵੀ ਐ ਆ ਜੀ ਹੁਣ ਕੰਮ ਤਾਂ ਹੁਣ ਵੀ ਕਰ ਰਹੇ ਆ ਪਰ ਉਹ ਸਿਰ ਮਤਲਬ ਕੋਈ ਕੰਪਲੀਟ ਨਹੀਂ ਹੋ ਰਿਹਾ ਨਾ ਇਹਨਾਂ ਦਾ ਕੰਮ ਜਿਹੜੇ ਕਰ ਰਿਹਾ ਚੱਜ ਨਾਲ ਨਹੀਂ ਕਰ ਰਹੇ ਤੇ ਜਿਹੜੇ ਹੁਣ ਕਰਨੇ ਚਾਹੀਦੇ ਇਹਨਾਂ ਨੂੰ ਗਾਂ ਤੋਂ ਜਿਵੇਂ ਸਕੂਲ ਸਕੂਲ ਕਾਲਜ ਜਿਹੜੇ ਬੱਚਿਆਂ ਦੇ ਚੱਜ ਨਾਲ ਖੋਲ੍ਹਨੇ ਚਾਹੀਦੇ ਆ ਪ੍ਰੋਪਰ ਤਰ੍ਹਾਂ ਜਿਵੇਂ ਕਿ ਪਿੰਡਾਂ ਦੇ ਹੁਣ ਜਵਾਕ ਹੈ ਉਹਨਾਂ ਨੂੰ ਕੋਈ ਪ੍ਰੋਪਰ ਐਜੂਕੇਸ਼ਨ ਨਹੀਂ ਮਿਲਦੀ ਉਹਨਾਂ ਨੂੰ ਪ੍ਰੋਪਰ ਐਜੂਕੇਸ਼ਨ ਦੇਣੀ ਚਾਹੀਦੀ ਹੈ ਤੇ ਜਿਹੜੇ ਜਿਵੇਂ ਹੁਣ ਗ੍ਰੈਜੂਏਸ਼ਨ ਤੋਂ ਬਾਅਦ ਜਿਵੇਂ ਕੰਪੀਟੀਟਿਵ ਇਗਜ਼ਾਮ ਦੀ ਕੋਈ ਤਿਆਰੀ ਕਰਾਉਂਦੇ ਆ ਤੇ ਉਸ ਪ੍ਰੋਪਰ ਮਤਲਬ ਉਹਨਾਂ ਨੂੰ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰਾਉਣ ਤੇ ਆਪਦੇ ਜਿਵੇਂ ਐਸਜੀਪੀਸੀ ਚ ਕੋਈ ਵੀ ਓਪਰਚ्युनिटी ਆਂਦੀ ਹੈ ਉਹਨਾਂ ਨੂੰ ਓਪਰਚ्युनिटी ਦੇਣੀ ਚਾਹੀਦੀ ਹੈ ਵੀ ਐਜੂਕੇਟਿਡ ਜਿਹੜੇ ਬੰਦੇ ਆ ਉਹ ਐਸਜੀਪੀਸੀ ਚ ਲੱਗਣ ਤੇ ਉਹਨਾਂ ਦਾ ਮਤਲਬ ਵਧੀਆ ਤਰ੍ਹਾਂ ਕਾਰਜਕਾਰ ਚਲਾਉਣ ਇਤੋਂ ਲੱਗਦਾ ਕਿ ਸਿੱਖੀ ਦੇ ਪ੍ਰਚਾਰ ਦੇ ਲਈ ਤੇ ਨਾਲ ਦੀ ਨਾਲ ਜਿਹੜੀ ਗੁਰਬਾਣੀ ਹੈਗੀ ਹੈ ਪਵਿੱਤਰ ਗੁਰਬਾਣੀ ਗੁਰਬਾਣੀ ਦੇ ਲਈ ਤੁਹਾਨੂੰ ਕਿਸੇ ਤਰੀਕੇ ਦੇ ਨਾਲ ਸਿੱਖਿਆ ਦਿੱਤੀ ਜਾ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪਿੰਡ ਪਿੰਡ ਸ਼ਹਿਰ ਸ਼ਹਿਰ ਘਰ ਘਰ ਤੱਕ ਨਹੀਂ ਜੀ ਹਜੇ ਤੱਕ ਤਾਂ ਮੈਨੂੰ ਨਹੀਂ ਲੱਗਿਆ ਵੀ ਕੋਈ ਦਿੱਤੀ ਜਾ ਰਹੀ ਹੈ ਬਟ ਅਗਾਹਾਂ ਤੋਂ ਮਤਲਬ ਇਹਨਾਂ ਨੂੰ ਇਹੀ ਚਾਹੀਦਾ ਵੀ ਹੋਣਾ ਚਾਹੀਦਾ ਇਹ ਜ਼ਰੂਰ ਹੋਣਾ ਚਾਹੀਦਾ ਤਾਂ ਕਿ ਵੀ ਜਿਹੜੇ ਆਉਣ ਵਾਲੀ ਪੀੜ੍ਹੀ ਹੈ ਨੌਜਵਾਨ ਹੈ ਉਹ ਸਿੱਖੀ ਨਾਲ ਜੁੜ ਸਕਣ ਤੇ ਕਿਉਂਕਿ ਅੱਜ ਦੇ ਟਾਈਮ 'ਚ ਹਰੇਕ ਦੇ ਜਿਵੇਂ ਦਾੜ੍ਹੀ ਕੇਸ ਕੱਟੇ ਹੋਏ ਆ ਤੁਹਾਨੂੰ ਪਤਾ ਹੀ ਹੈ ਤੇ ਮਤਲਬ ਕਿ ਪ੍ਰੋਪਰ ਸਿੱਖੀ ਸਰੂਪ ਚਾਣ ਤੇ ਇਹੀ ਹੈ ਜੀ ਬਸ ਪ੍ਰਚਾਰ ਕਰਨ ਸਿੱਖੀ ਦਾ ਬਹੁਤ ਬਹੁਤ ਧੰਨਵਾਦ ਸਾਡਾ ਗੱਲਬਾਤ ਕਰਨ ਦੇ ਲਈ ਸੋ ਲਗਾਤਾਰ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਕਿਤਨਾ ਕਿਤੇ ਲੋਕਾਂ ਦਾ ਇਹ ਵੀ ਕਹਿਣਾ ਹੈ ਹਾਲਾਂਕਿ ਸਿੱਖ ਜਥੇਬੰਦੀਆਂ ਜਾਂ ਸਿੱਖ ਜਿਹੜੇ ਹੈਗੇ ਨੇ ਉਹ ਕਹਿ ਰਹੇ ਨੇ ਕਿ ਕਿਤਨਾ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਲ ਦੇ ਵਿੱਚ ਕੰਮ ਤਾਂ ਕੀਤੇ ਗਏ ਨੇ ਪਰ ਬਿਹਤਰੀਨ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਸਿੱਖਾਂ ਦੀ ਨੁਮਾਇੰਦਗੀ ਜਥੇਬੰਦੀ ਹੋਣ ਦੇ ਨਾਤੇ ਕੰਮ ਹੋਣੇ ਚਾਹੀਦੇ ਸਨ ਉਸ ਤਰੀਕੇ ਦੇ ਨਾਲ ਨਹੀਂ ਕੀਤੇ ਗਏ ਸੋ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਮਿਲਦੇ ਹਾਂ ਬ੍ਰੇਕ ਤੋਂ ਬਾਅਦ ब्रेक ਤੋਂ ਬਾਅਦ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ ਤੇ ਲਗਾਤਾਰ ਗੱਲਬਾਤ ਕਰ ਰਹੇ ਹਾਂ ਕਿ ਸ਼੍ਰੋਮਣੀ ਕਮੇਟੀ ਨੂੰ ਜਿਸ ਮੰਤਵ ਦੇ ਨਾਲ ਜਿਹੜੀ ਹੈਗੀ ਹੈ ਹੋਂਦ ਦੇ ਵਿੱਚ ਆਈ ਸੀ ਕਿ ਉਸ ਮੰਤਵ ਦੇ ਨਾਲ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਕਮੇਟੀ ਕੰਮ ਕਰ ਰਹੀ ਹੈ ਸਿੱਖ ਇਸ ਨੂੰ ਲੈ ਕੇ ਕੀ ਸੋਚਦੇ ਨੇ ਹਾਲਾਂਕਿ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਜਿੱਤੇ ਨੇ ਪਰ ਲਗਾਤਾਰ ਸਵਾਲ ਇਹ ਹੀ ਉੱਠ ਰਹੇ ਨੇ ਕਿ 99 ਸਾਲ ਸ਼੍ਰੋਮਣੀ ਕਮੇਟੀ ਨੂੰ ਹੋ ਚੁੱਕੇ ਨੇ ਜਿਸ ਮੰਤਵ ਦੇ ਨਾਲ ਸ਼੍ਰੋਮਣੀ ਕਮੇਟੀ ਹੋਂਦ ਦੇ ਵਿੱਚ ਆਈ ਸੀ ਉਸ ਨੇ ਉਸ ਮੰਤਵ ਦੇ ਨਾਲ ਸਿੱਖ ਨੁਮਾਇੰਦਾ ਜਥੇਬੰਦੀ ਬਣਨ ਦਾ ਜਿਹੜਾ ਰੋਲ ਹੈਗਾ ਉਹ ਅਦਾ ਕਰ ਅਦਾ ਕੀਤਾ ਹੈਗਾ ਕੁਝ ਲੋਕ ਸਾਡੇ ਨਾਲ ਮੌਜੂਦ ਹੈਗੇ ਨੇ ਜਾਣਦੇ ਆ ਕਿ ਕਿਸ ਤਰੀਕੇ ਨਾਲ ਸੋਚਦੇ ਨੇ ਸਤਿ ਸ਼ਕਾਲ ਜੀ ਸਤਿ ਸ਼ਕਾਲ ਕੀ ਨਾਮ ਹੈ ਪਰਮਿੰਦਰ ਸਿੰਘ ਅੱਛਾ ਪਰਮਿੰਦਰ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੱਗਦਾ ਹੈ ਕਿ 99 ਸਾਲ ਹੋ ਚੁੱਕੇ ਨੇ ਜਿਸ ਮੰਤਵ ਦੇ ਨਾਲ ਕਮੇਟੀ ਹੋਣ ਦੇ ਵਿੱਚ ਆਈ ਸੀਗੀ ਮਹੰਤਾਂ ਦਾ ਰਾਜ ਖਤਮ ਕਰਨ ਦੇ ਲਈ ਅੰਗਰੇਜ਼ੀ ਰਾਜ ਨੂੰ ਜਿਹੜਾ ਹੈ ਉਹ ਲਾਂਭੇ ਕਰਕੇ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਬਣਨ ਦੀ ਜਿਹੜੀ ਗੱਲ ਸੀਗੀ ਲੱਗਦਾ ਕਿ ਸ਼੍ਰੋਮਣੀ ਕਮੇਟੀ ਨੇ ਉਹ ਰੋਲ ਅਦਾ ਕੀਤਾ ਹੈ ਦੇਖੋ ਜੀ ਸ਼੍ਰੋਮਣੀ ਕਮੇਟੀ ਬਹੁਤ ਸਤਿਕਾਰਯੋਗ ਹੈ ਵੈਸੇ ਅਸੀਂ ਇੱਜ਼ਤ ਕਰਦੇ ਆਂ ਜੀ ਪਰ ਸ਼੍ਰੋਮਣੀ ਕਮੇਟੀ ਇਦਾਂ ਦਾ ਕੋਈ ਵੀ ਕੰਮ ਨਹੀਂ ਕਰ ਰਹੀ ਜਿਹੜਾ ਸਿੱਖਾਂ ਦੇ ਪ੍ਰਤੀ ਲਾਭਦਾਇਕ ਹੋਵੇ ਸ਼੍ਰੋਮਣੀ ਕਮੇਟੀ ਜਿਹੜੀ ਇੱਕ ਬਾਦਲਾਂ ਦੀ ਕਮੇਟੀ ਬਣ ਕੇ ਰਹਿ ਗਈ ਹੈ ਠੀਕ ਹੈ ਜੀ ਜੇ ਬਾਦਲ ਚਾਹਣ ਜਿਹਨੂੰ ਚਾਹਣ ਉਹਨੂੰ ਪ੍ਰਧਾਨ ਬਣਾ ਦੇ ਸਕਦੇ ਬਣਾਉਂਦੇ ਆ ਜੀ ਜਿਹਨੂੰ ਚਾਹਣ ਉਹਨੂੰ ਉਤਾਰ ਦਿੰਦੇ ਆ ਠੀਕ ਹੈ ਸ਼੍ਰੋਮਣੀ ਕਮੇਟੀ ਫੀਲਡ ਦੇ ਵਿੱਚ ਕੋਈ ਵੀ ਇਦਾਂ ਦਾ ਕੰਮ ਨਹੀਂ ਕਰਦੀ ਜਿਹਦੇ ਨਾਲ ਸਿੱਖ ਪ੍ਰਚਾਰ ਵਧੇ ਫੁੱਲੇ ਠੀਕ ਹੈ ਜੀ ਸ਼੍ਰੋਮਣੀ ਕਮੇਟੀ ਨੂੰ 99 ਸਾਲ ਹੋ ਗਏ 99 ਸਾਲ ਦੇ ਵਿੱਚ ਇਹਨਾਂ ਨੇ ਕਦੇ ਨਹੀਂ ਚਾਇਆ ਵੀ ਕਦੇ ਪਿੰਡ-ਪਿੰਡ ਜਾ ਕੇ ਸ਼੍ਰੋਮਣੀ ਕਮੇਟੀ ਦਾ ਇੱਕ ਪੰਜਾਬ ਸਰਕਾਰ ਜਿੱਡਾ ਬਜਟ ਹੈ ਜੀ ਜੀ ਤੇ ਪੰਜਾਬ ਸਰਕਾਰ ਦੇਖ ਲਓ ਕਿੰਨੇ ਮਤਲਬ ਉਹਨਾਂ ਨੇ ਅੱਗੇ ਟੀਚਰ ਰੱਖੇ ਵੀ ਹੈ ਠੀਕ ਹੈ ਨਾ ਕਿੰਨੇ ਜੋਬ ਦਿੰਦੀ ਕਿੰਨੇ ਲੱਖਾਂ ਦੇ ਹਿਸਾਬ ਨਾਲ ਬੰਦਾਂ ਨੂੰ ਜੋਬ ਦਿੰਦੀ ਹੈ ਸ਼੍ਰੋਮਣੀ ਕਮੇਟੀ ਨੂੰ ਵੀ ਚਾਹੀਦਾ ਹੈ ਵੀ ਹਰ ਇੱਕ ਗੁਰਦੁਆਰੇ ਦੇ ਵਿੱਚ ਅਸੀਂ ਇੱਕ ਦੋ ਕੋਈ ਇਦਾਂ ਦੇ ਪਾਠੀ ਆਪਣੀ ਰੈਂਟ ਤੇ ਲਾਈਏ ਠੀਕ ਹੈ ਨਾ ਤਨਖਾਹ ਦਈਏ ਜਿਸ ਦੇ ਨਾਲ ਸਿੱਖ ਧਰਮ ਦਾ ਪ੍ਰਚਾਰ ਬਦੇ ਪੁੱਲੇ ਮਤਲਬ ਜਿਹੜੇ ਅੱਜ ਕੱਲ ਨਸ਼ਾ ਕਰਦੇ ਆ ਮੈਂ ਤਾਂ ਉਹਦੇ ਵਿੱਚ ਵੀ ਸ਼੍ਰੋਮਣੀ ਕਮੇਟੀ ਨੂੰ ਬਹੁਤ ਵੱਡਾ ਭਾਗੀਦਾਰ ਮੰਨਦਾ ਹਾਂ ਜੇਕਰ ਇਹਨਾਂ ਨੇ ਪਹਿਲਾਂ ਤੋਂ ਸੋਚਿਆ ਹੁੰਦਾ ਠੀਕ ਹੈ ਨਾ ਜੀ ਪਹਿਲਾਂ ਤੋਂ ਵਧੀਆ ਤਰੀਕੇ ਨਾਲ ਕੰਮ ਕਰਿਆ ਹੁੰਦਾ ਮਤਲਬ ਇੱਕ ਧਰਮ ਦਾ ਪ੍ਰਚਾਰ ਛੋਟੇ ਬੱਚਿਆਂ ਦੇ ਮਤਲਬ ਜੇ ਦਿਲ ਤੇ ਪੈਂਦਾ ਤਾਂ ਉਹ ਇਹ ਨਸ਼ੇ ਪੱਤੇ ਬਲਕਦੇ ਜਾਂਦੇ ਨਾ ਠੀਕ ਹੈ ਜੀ ਸ਼੍ਰੋਮਣੀ ਕਮੇਟੀ ਆਪਣਾ ਬਿਲਕੁਲ ਵੀ ਫਰਜ਼ ਨਹੀਂ ਨਿਭਾ ਰਹੀ ਜੀ ਠੀਕ ਹੈ ਨਾ ਉਹ ਇੱਕ ਬਸ ਲਫਾਫਿਆਂ ਤੱਕ ਸਹਿਮਤ ਰਹਗੀ ਠੀਕ ਹੈ ਜੀ ਕੁਝ ਨਹੀਂ ਐ ਬਾਦਲ ਜਿਵੇਂ ਜਿਹਨੂੰ ਬਾਦਲ ਚਾਣ ਉਹਨੂੰ ਬਣਾ ਸਕਦੇ ਜਿਹਨੂੰ ਨਾ ਚਾਣ ਉਹਨੂੰ ਤਾਰ ਸਕਦੇ ਜੀ ਠੀਕ ਹੈ ਨਾ ਇਹਦੇ ਸ਼੍ਰੋਮਣੀ ਕਮੇਟੀ ਦਾ ਕੋਈ ਉਹ ਨਹੀਂ ਹੈਗਾ ਅਜਿਵੇਂ ਜਿਵੇਂ ਸ਼ਰਮਣੀ ਕਮੇਟੀ ਜਿਸ ਤਰੀਕੇ ਦੇ ਨਾਲ ਹੋਣ ਦੇ ਹੋਣ ਦੇ ਵਿੱਚ ਆਈ ਸੀਗੀ 1920 ਦੇ ਵਿੱਚ ਸ਼ਰਮਣੀ ਕਮੇਟੀ ਦੀ ਸਥਾਪਨਾ ਹੋਈ ਹੈ ਜਦੋਂ ਮਹੰਤਾਂ ਦਾ ਰਾਜ ਸੀਗਾ ਅੰਗਰੇਜ਼ੀ ਹਕੂਮਤ ਸੀਗੀ ਗੁਰਦੁਆਰਿਆਂ ਦੇ ਨਾਲ ਜਿਹੜਾ ਤੱਕੇਸ਼ਾਈ ਕੀਤੀ ਜਾ ਰਹੀ ਸੀ ਤਾਂ ਉਦੋਂ ਗੁਰਦੁਆਰਿਆਂ ਦੀ ਸਾਮ ਸੰਭਾਲ ਦੇ ਲਈ ਕਦਮ ਚੁੱਕਣ ਦੇ ਲਈ ਸਿੱਖਾਂ ਦੀ ਜਿਹੜੀ ਹੈ ਨੁਮਾਇੰਦਗੀ ਦੇ ਤੌਰ ਦੇ ਉੱਤੇ ਸ਼ਰਮਣੀ ਕਮੇਟੀ ਹੋਣ ਦੇ ਵਿੱਚ ਆਈ ਹੈ ਤਾਂ ਕਿ ਸਿੱਖਾਂ ਦੀ ਗੱਲ ਵਿਸ਼ੇ ਪੱਧਰ ਦੇ ਉੱਤੇ ਰੱਖੀ ਜਾ ਸਕੇ ਗੁਰਦੁਆਰਿਆਂ ਦੇ ਪ੍ਰਬੰਧ ਕੀਤੇ ਜਾ ਸਕਣ ਤਾਂ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਅੱਜ ਸਿੱਖਾਂ ਦੀ ਗੱਲ ਕੀਤੀ ਜਾਣੀ ਇਹ ਦੀ ਸੀ ਸ਼੍ਰੋਮਣੀ ਕਮੇਟੀ ਦੇ ਵੱਲੋਂ ਉਹ ਕੀਤੀ ਜਾ ਰਹੀ ਹੈ ਸਿੱਖਾਂ ਨੂੰ ਪ੍ਰਮੋਟ ਕਰਨ ਦੇ ਲਈ ਐਜੂਕੇਸ਼ਨ ਦੇ ਲਈ ਸਿਹਤ ਸੁਵਿਧਾਵਾਂ ਦੇ ਲਈ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਅਸੀਂ ਬਿਲਕੁਲ ਨਹੀਂ ਮੰਨਦੇ ਦੇਖੋ ਜੇ ਕੋਈ ਸਿੱਖ ਧਰਮ ਦਾ ਪ੍ਰਚਾਰ ਵੀ ਕਰ ਰਿਹਾ ਜਿਵੇਂ ਟਲੋ ਸੰਤ ਰਣਜੀਤ ਸਿੰਘ ਜੀ ਖੱਟੜੀਆਂ ਵਾਲੇ ਐ ਉਹਨਾਂ ਨੇ ਸਿੱਖ ਧਰਮ ਦਾ ਪ੍ਰਚਾਰ ਕਰਿਆ ਇਹ ਉਹਨਾਂ ਤੋਂ ਵੀ ਵਿਰੁੱਧ ਹੋਗੇ ਇਹ ਚਾਹੁੰਦੇ ਆ ਜੀ ਬਸ ਵੀ ਦੋ ਬੰਦਿਆਂ ਦੀ ਜਿਹੜੀ ਸ਼੍ਰੋਮਣੀ ਕਮੇਟੀ ਬਣ ਕੇ ਰਹਿ ਗਈ ਹੈ ਜੀ ਦੋ ਬੰਦੇ ਜੋ ਕਹਿਣਗੇ ਉਹ ਹੋਏਗਾ ਦੋ ਬੰਦੇ ਜੋ ਨਹੀਂ ਕਹਿਣਗੇ ਉਹ ਨਹੀਂ ਹੋਏਗਾ ਠੀਕ ਹੈ ਨਾ ਆਪਾਂ ਮੈਂ ਬਿਲਕੁਲ ਹੱਕ ਚ ਨਹੀਂ ਹੈਗਾ ਜੀ ਸ਼੍ਰੋਮਣੀ ਕਮੇਟੀ ਦੀ ਜਿਹੜੀ ਹੁੰਦਾ ਉਹ ਬਹੁਤ ਵੱਡੀ ਇੱਕ ਸੰਸਥਾ ਜੀ ਸਿੱਖਾਂ ਦੀ ਨਿਰਮੋਲ ਸੰਸਥਾ ਹੈ ਸ਼੍ਰੋਮਣੀ ਕਮੇਟੀ ਠੀਕ ਹੈ ਜੀ ਇਹਨਾਂ ਨੂੰ ਬਾਦ ਚੜ ਕੇ ਸਿੱਖਾਂ ਦਾ ਮਤਲਬ ਸਿੱਖ ਧਰਮ ਦਾ ਪ੍ਰਚਾਰ ਕਰਨਾ ਚਾਹੀਦਾ ਠੀਕ ਹੈ ਨਾ ਜੀ ਤੇ ਮੈਂ ਨਹੀਂ ਮੰਨਦਾ ਜੀ ਇਸ ਟਾਈਮ ਕੋਈ ਹੋਂਦ ਦੇ ਵਿੱਚ ਹੈਗੀ ਐ ਇਹ ਸਿਰਫ ਲਾਕ ਡਾਟ ਹੋ ਗਈ ਜੀ ਬਸ ਠੀਕ ਹੈ ਜੇ ਕੋਈ ਧਰਮ ਦਾ ਪ੍ਰਚਾਰ ਕਰਦਾ ਵੀ ਹੈ ਤਾ ਜੇ ਇਹਨਾਂ ਦੀ ਮਾਨ ਜੇ ਇਹਨਾਂ ਦੀ ਮਾਨਤਾ ਕੀ ਸੀ ਨੂੰ ਇਹਨਾਂ ਦੀ ਆਗਿਆ ਵੀ ਹਾਂ ਕਰਤਾ ਕਰ ਸਕਦੇ ਆ ਜੀ ਤੇ ਤੇ ਨਹੀਂ ਤਾਂ ਉਹ ਬਸ ਗਦਾਰ ਬਣ ਜਾਂਦਾ ਜੀ ਜੀ ਬਹੁਤ ਬਹੁਤ ਧੰਨਵਾਦ ਸਰਨਾ ਗੱਲਬਾਤ ਕਰਨ ਦੇ ਲਈ ਕੁਝ ਹੋਰ ਲੋਕ ਮੌਜੂਦ ਨੇ ਇਹਨਾਂ ਤੋਂ ਜਾਣਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਲਾਂਕਿ ਸਿੱਖ ਧਰਮ ਦੇ ਵਿੱਚ ਕਾਫੀ ਸਤਕਾਰਤ ਸਥਾਨ ਹੈਗਾ ਹੈ ਗੁਰਦੁਆਰਿਆਂ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ ਤੇ ਵਕਫ ਵਕਫ ਸਮੇਂ ਦੇ ਉੱਤੇ ਸਿੱਖਾਂ ਦੀ ਮੰਗ ਵੀ ਹੁੰਦੀ ਹੈ ਕਿ ਕਮੇਟੀ ਉਹਨਾਂ ਦੀ ਗੱਲਬਾਤ ਜਿਹੜੀ ਸਮਝੇ ਰੱਖੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਨਾਜਰ ਸਿੰਘ ਹੈ अच्छा नाजर जी की लग रहा है कि श्रोमणी कमेटी जिस मंतब दे नाल बनाई गई सी ਤੁਹਾਨੂੰ ਲੱਗਦਾ ਕਿ ਸਿੱਖਾਂ ਦੇ ਮਸਲੇ ਚੁੱਕਣ ਦੇ ਵਿੱਚ ਕਾਮਯਾਬ ਰਹੀ ਹੈ ਨਹੀਂ ਬਾਈ ਕਾਮਯਾਬ ਨਹੀਂ ਰਹੀ ਬਿਲਕੁਲ ਨਹੀਂ ਮਿਲੀ ਭੁਗਤਾਲੀ ਕੰਮ ਹੋਇਆ ਵਾ ਲਾਠੀ ਵਾਲੇ ਦੀ ਮੈਸ ਹੋਈ ਵੀ ਆ ਬਾਦਲ ਜੀ ਨੂੰ ਵੀ ਚਾਹੁੰਦੇ ਉਹਨੂੰ ਪ੍ਰਧਾਨ ਬਣਾ ਦਿੰਦੇ ਆ ਜਿਹਨੂੰ ਚਾਹੁੰਦੇ ਉਹਨੂੰ ਹਟਾ ਦਿੰਦੇ ਆ ਸਾਡੇ ਨਾਲ ਤਾਂ ਐਸਐਮਸੀ ਵਾਲੇ ਠੀਕ ਆ ਜਿਹੜਾ ਨਾ ਪਿੰਡ ਪਿੰਡ ਜਾ ਕੇ ਪ੍ਰਚਾਰ ਕਰਦੇ ਆ ਸਾਡਾ ਕੋਈ ਕੋਈ ਪ੍ਰਚਾਰ ਨਹੀਂ ਹੁੰਦਾ ਕੋਈ ਕੁਝ ਨਹੀਂ ਹੁੰਦਾ ਇਹਨਾਂ ਕੋਲ ਆਪਣਾ ਪੈਸਾ ਬਥੇਰਾ ਜੇ ਕਰਨਾ ਚਾਹਵੇ ਤਾਂ ਬਹੁਤ ਕੁਝ ਕਰ ਸਕਦੇ ਪਿੰਡ ਪਿੰਡ ਜਾ ਕੇ ਕਲੇ-ਕਲੇ ਪਿੰਡ ਵਿੱਚ ਪੈਸਾ ਦੇ ਵੀ ਸਕਦੇ ਹੋਰ ਵੀ ਤਕੜੇ ਪ੍ਰਬੰਧ ਕਰ ਸਕਦੇ ਆ ਜਾਨੀ ਕਿ ਸਾਡਾ ਤਾਂ ਮਤਲਬ ਮੇਰੇ ਹੌਨਿਕ ਕਮੇਟੀ ਸਾਡੇ ਕਿੰਨੇ ਤਾਂ ਫੈਲੇ ਆ ਆਪਣਾ ਮਤਲਬ ਇਹਨਾਂ ਦਾ ਜਿਹੜਾ ਦੇਖੋ ਹੀ ਪ੍ਰਧਾਨ ਬਣਾਤੇ ਆ ਜਿਹੜਾ ਦੇਖੋ ਹੀ ਹਟਾਤੇ ਆ ਇੰਨਾ ਕੋਈ ਪਤਾ ਸੰਦਾਂ ਮਸਲੇ ਚੁੱਕਦੀ ਐ ਸ਼ਰਮਣੀ ਕਮੇਟੀ ਸਿੱਖਾਂ ਦੇ ਕੋਈ ਮਸਲਾ ਨਹੀਂ ਚੱਕਿਆ ਇਹਨਾਂ ਨੇ ਮੈਂ ਇੱਥੇ ਦੇਖਿਆ ਜਿਹੜੀ ਨੇ ਮਸਲਾ ਕੋਸਣ ਤਾਂ ਦੇਖਦੇ ਸਾਡੇ ਤਾਂ ਦੇਖਿਆ ਨਹੀਂ ਕੋਈ ਮਸਲਾ ਚੱਕਿਆ ਹੋਵੇ ਇਹਨਾਂ ਨੇ ਆਪਣੇ ਬੰਦੇ ਇਹਨਾਂ ਦੇ ਆਪਣੀ ਲਾ ਦਿੰਦੇ ਆਪਣੀ ਹਟਾ ਦਿੰਦੇ ਕਾਰਨ ਕੀ ਮੰਦਿਓ ਕਿਉਂ ਨਹੀਂ ਲੱਗਦਾ ਤੁਹਾਨੂੰ ਕਾਰਨ ਇਹ ਆ ਜੀ ਹੁਣ ਆਈਆਂ ਬਾਦਲਾਂ ਦੀ ਉਹ ਕਰ ਹੈਗੀ ਲ ਬਈ ਇਹਨਾਂ ਦਾ ਹੀ ਮਸਲਾ ਏ ਜਿਹਨੂੰ ਦੇਖਦੇ ਉਹਨੂੰ ਬਣਾ ਦਿੰਦੇ ਆ ਕਾਰਨ ਕਰ ਇਹਦਾ ਕੁਝ ਨਹੀਂ ਕਰਨਾ ਯਾਰ ਇਹ ਤਾਂ ਬਸ ਜਿਹੜਾ ਬਣ ਗਿਆ ਇੱਕ ਵਾਰੀ ਉਹ ਹੀ ਆਪਣਾ ਪੱਕਾ ਬੈਠ ਗਿਆ ਮਣਕਾ ਵੀ ਉਹ ਗੋਲ ਕਾ ਖਾਈ ਜਾਂਦਾ ਆਪਣੀ ਚੋਰੀ ਕਰ ਕਰਕੇ ਆ ਮਸਲਾ ਹੋਇਆ ਜੀ ਬਹੁਤ ਬਹੁਤ ਧੰਨਵਾਦ ਸਾਡਾ ਗੱਲਬਾਤ ਕਰਨ ਦੇ ਲਈ ਸੋ ਲੋਕਾਂ ਦੇ ਨਾਲ ਗੱਲਬਾਤ ਕੀਤੀ ਇਹਨਾਂ ਦਾ ਕਹਿਣਾ ਕਿ ਕਿਤਨਾ ਕਿਤੇ ਸ਼੍ਰੋਮਣੀ ਕਮੇਟੀ ਜਿਸ ਤਰੀਕੇ ਦੇ ਨਾਲ ਹੋਣ ਦੇ ਵਿੱਚ ਆਈ ਸੀਗੀ ਜੋ ਕੰਮ ਜਾਂ ਫਿਰ ਜੋ ਕਾਰਜ ਸ਼੍ਰੋਮਣੀ ਕਮੇਟੀ ਦੇ ਵੱਲੋਂ ਕੀਤੇ ਜਾਣੇ ਚਾਹੀਦੇ ਸਨ ਗੁਰਦੁਆਰਿਆਂ ਦੀ ਸਾਮ ਸੰਭਾਲ ਦੇ ਲਈ ਸਿੱਖਾਂ ਦੇ ਲਈ ਉਹ ਸ਼੍ਰੋਮਣੀ ਕਮੇਟੀ ਲੋਕਾਂ ਦਾ ਕਹਿਣਾ ਹੈ ਕਿ ਨਹੀਂ ਕਰ ਰਹੀ ਕਿ ਤਨਕਿਤੇ ਸਿਆਸੀ ਦਬਾਅ ਕਮੇਟੀ ਦੇ ਉੱਤੇ ਬਣਿਆ ਹੋਇਆ ਇਹ ਲੋਕਾਂ ਦਾ ਕਹਿਣਾ ਸੋ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ ਤੇ ਲਗਾਤਾਰ ਗੱਲਬਾਤ ਕਰ ਰਹੇ ਹਾਂ ਕਿ ਸ਼੍ਰੋਮਣੀ ਕਮੇਟੀ ਗੁਰੂਦਵਾਰਾ ਸ਼੍ਰੋਮਣੀ ਕਮੇਟੀ ਨੂੰ ਜਿਸ ਤਰੀਕੇ ਦੇ ਨਾਲ ਹੋਣ ਦੇ ਵਿੱਚ ਆਈ ਸੀਗੀ ਹਾਲਾਂਕਿ ਇੱਕ ਵਾਰ ਜਿਹੜੀ ਫੇਰ ਚੋਣ ਹੋਈ ਹੈ ਗੋਬਿੰਦ ਸਿੰਘ ਲੋਂਗੋਵਾਲ ਸ਼੍ਰੋਮਣੀ ਕਮੇਟੀ ਦੇ ਮੁੜ ਤੋਂ ਤੀਸਰੀ ਵਾਰ ਪ੍ਰਧਾਨ ਬਣੇ ਨੇ ਪਰ ਪ੍ਰਧਾਨਗੀ ਨੂੰ ਲੈ ਕੇ ਕੀ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਕਮੇਟੀ ਜਿਹੜੀ ਹੋਂਦ ਦੇ ਵਿੱਚ ਆਈ ਸੀਗੀ ਉਸ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ ਨਹੀਂ ਜੀ ਬਿਲਕੁਲ ਨਹੀਂ ਕਰਦੀ ਬਿਲਕੁਲ ਨਹੀਂ ਕਰਦੀ ਜਿਹੜਾ ਲੋਂਗੋਵਾਲ ਬਣਾਇਆ ਇਹਨਾਂ ਨੇ ਜੀ ਇਹ ਤਾਂ ਉਦਾਂ ਹੀ ਜਿੱਤਰਾ ਹੁਣ ਕਿਸੇ ਨੂੰ ਬਣਾ ਦਿੰਦੇ ਆ ਕਿਸੇ ਨੂੰ ਕਰਦੇ ਆਂਦੇ ਆਵਾਜ਼ ਲੈ ਹੱਥ ਵਿੱਚ ਸਭ ਕੁਝ ਪਹਿਲਾਂ ਇਹਨਾਂ ਨੇ ਮਤਲਬ ਉਹਨੂੰ ਬਣਾਇਆ ਜਿਹੜਾ ਇਹ ਕਿਹੜਾ ਆਪਣਾ ਗਿਆਨੀ ਜੀ ਹਰਪੀ ਸਿੰਘ ਜੀ ਨੇ ਬਣਾਇਆ ਉਹਨਾਂ ਨੇ ਆਪਣੀ ਮਰਜ਼ੀ ਨਾਲ ਬਣਾਤੇ ਆ ਧੁੰਮਾ ਤਾਰਤੇ ਆ ਜੀ ਇਹਨਾਂ ਨੇ ਧੁੰਮੇਦਾਰ ਕੇ ਹੁਣ ਉਹ ਦੇਖੋ ਇਹਨੂੰ ਬਣਾਤੇ ਆ ਇਹ ਆਪਣੀ ਮਰਜ਼ੀ ਨਾਲ ਬਣਾਉਂਦੇ ਆ ਆਪਣੀ ਮਰਜ਼ੀ ਨਾਲ ਤਾਰ ਦਿੰਦੇ ਆ ਇਹ ਇੱਧਰ ਕਿਸੇ ਦਾ ਉਹ ਨਹੀਂ ਹੈਗਾ ਜੀ ਇਹਨੂੰ ਪਹਿਲਾਂ ਸਰਸੇ ਵਾਲੇ ਸਾਧ ਨੂੰ ਇਦਾਂ ਹੀ ਮਾਫੀ ਦੇਤੀ ਇਹਨੂੰ ਕਿਸੇ ਨੂੰ ਪੁੱਛਿਆ ਜੀ ਨੂੰ ਮਾਫੀ ਦਵਾਣੀ ਮਾਫੀ ਦਵਾ ਦਿੰਦੇ ਆ ਜੀ ਨੂੰ ਬਰੀ ਕਰਨਾ ਬਰੀ ਕਰਾ ਦਿੰਦੇ ਆ ਇਹਨਾਂ ਦੇ ਆ ਹੱਥ ਹੀ ਆ ਸਭ ਕੁਝ ਜੀ ਪਰ ਗੁਰਦੁਆਰਿਆਂ ਦੀ ਸਾਮ ਸੰਭਾਲ ਦੇ ਲਈ ਕਦਮ ਚੁੱਕੇ ਜਾ ਰਹੇ ਨੇ ਸ਼ਰਮਣੀ ਕਮੇਟੀ ਦੇ ਵੱਲੋਂ ਤੁਹਾਨੂੰ ਲੱਗਦਾ ਨਹੀਂ ਕਿ ਸਹੀ ਮਾਇਨੇ ਦੇ ਵਿੱਚ ਕੰਮ ਕਰ ਰਹੀ ਹੈ ਕਿਉਂਕਿ ਕਾਫੀ ਵੱਡੇ ਪ੍ਰਬੰਧ ਵੀ ਹੈਗੇ ਨੇ ਕਾਫੀ ਵੱਡਾ ਬਜਟ ਵੀ ਹੈਗਾ ਸ਼ਰਮਣੀ ਕਮੇਟੀ ਦਾ ਕੋਈ ਪ੍ਰਬੰਧ ਨਹੀਂ ਹੈ ਜੀ ਤੁਹਾਡੇ ਸਾਹਮਣੇ ਬਾਰ-ਬਾਰ ਬੇਅਦਮੀਆਂ ਹੋ ਰਹੀਆਂ ਨੇ ਖੁਦ ਬੇਅਦਮੀ ਵਿੱਚ ਇਹਨਾਂ ਦਾ ਨਾਮ ਆ ਰਹੇ ਆ ਜੀ ਬਾਦਲਾਂ ਦੇ ਨਾਮ ਆ ਰਹੇ ਆ ਕੋਈ ਕੋਈ ਕਾਰਵਾਈ ਨਹੀਂ ਹੋ ਰਹੀ ਕੁਝ ਵੀ ਨਹੀਂ ਹੋ ਰਿਹਾ ਜੀ ਤੁਹਾਨੂੰ ਕੀ ਲੱਗ ਰਿਹਾ ਕਿ ਸਿਆਸਤ ਤੋਂ ਪ੍ਰੇਰਿਤ ਹੈਗੀ ਹੈ ਕਮੇਟੀ ਨਹੀਂ ਜੀ ਇਹ ਸਿਆਸਤ ਆ ਸਾਰੀ ਇਹ ਇਹ ਸਾਰੀ ਵਾਦਾ ਨਹੀਂ ਸਿਆਸਤ ਆ ਜੀ ਬਣਾਉਣ ਵਿੱਚ ਵੀ ਔਰ ਤਾਰਨ ਵਿੱਚ ਅੱਛਾ ਚੰਗੇ ਕੰਮ ਕਰ ਰਹੀ ਹੈ ਤੁਹਾਨੂੰ ਲੱਗਦਾ ਨਹੀਂ ਕਿ ਜਿਵੇਂ ਸਿਹਤ ਸਹੂਲਤਾਂ ਦੇ ਲਈ ਸ਼੍ਰਮਣੀ ਕਮੇਟੀ ਦੇ ਵੱਲੋਂ ਪ੍ਰਬੰਧ ਕੀਤੇ ਜਾ ਰਹੇ ਨੇ ਸਿੱਖਿਆ ਦੇ ਲਈ ਪ੍ਰਬੰਧ ਕੀਤੇ ਜਾ ਰਹੇ ਨੇ ਪ੍ਰੁਕਤ ਪ੍ਰਬੰਧ ਨਹੀਂ ਮੰਨਦੇ ਕਿ ਹੈਗੇ ਨੇ ਪ੍ਰੁਕਤ ਪ੍ਰਬੰਧ ਬਾਜੀ ਪ੍ਰਬੰਧ ਕਰ ਸਕਦੀ ਸਭ ਕੁਝ ਕਰ ਸਕਦੀ ਹੈ ਸ਼੍ਰਮਣੀ ਤਲ ਕਮੇਟੀ ਇਹ ਪੂਰੀ ਇੰਨੀ ਬਾਬਰੂ ਵਿੱਚ ਸਭ ਕੁਝ ਕਰ ਸਕਦੀ ਆ ਪਰ ਕਰਦੀ ਨਹੀਂ ਹੈਗੀ ਨਾ ਇਹ ਨਾ ਕਰਨਾ ਜਿੱਦਾਂ ਹੁਣ ਸਾਰੇ ਸਕੂਲਾਂ ਦੇ ਵਿੱਚ ਗਿਆ ਹਰ ਜਗ੍ਹਾ ਇਹ ਸਭ ਕੁਝ ਫ੍ਰੀ ਕਰਾ ਸਕਦੀ ਆ ਪਰ ਇਹ ਕੁਝ ਵੀ ਨਹੀਂ ਕਰ ਰਹੇ ਤਾਂ ਕੁਝ ਵੀ ਨਹੀਂ ਕਰ ਰਹੇ ਇਹ ਹਾਂਜੀ ਜੀ ਬਹੁਤ ਬਹੁਤ ਧੰਨਵਾਦ ਸਾਡਾ ਗੱਲਬਾਤ ਕਰਨ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਬਲਜੀਤ ਸਿੰਘ ਹੈ ਸਾਡਾ ਅੱਛਾ ਬਲਜੀਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਗੱਲ ਕਰ ਰਹੇ ਹਾਂ ਹਾਲਾਂਕਿ ਸਿੱਖਾਂ ਦੀ ਨੁਮਾਇੰਦਗੀ ਜਥੇਬੰਦੀ ਹੈ ਹਰ ਪੱਧਰ ਦੇ ਉੱਤੇ ਸਿੱਖਾਂ ਦੀ ਗੱਲਬਾਤ ਜਦੋਂ ਹੋਣੀ ਹੁੰਦੀ ਹੈ ਜਦੋਂ ਗੱਲ ਰੱਖਣੀ ਹੁੰਦੀ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਸ਼ਵ ਭਰ ਦੇ ਉੱਤੇ ਸਿੱਖਾਂ ਦੀ ਗੱਲ ਪਹੁੰਚਾਉਂਦੀ ਹੈ ਪ੍ਰਚਾਰ ਕਰਦੀ ਹੈ ਗੁਰਦੁਆਰਿਆਂ ਦੀ ਸਾਮ ਸੰਭਾਲ ਕਰਦੀ ਹੈ ਪਰ ਸਵਾਲ ਇਹ ਹੈ ਕਿ ਜਿਸ ਤਰੀਕੇ ਦੇ ਮੰਦੇ ਹੋ ਕਿ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੇ ਜਿਸ ਤਰੀਕੇ ਦੇ ਨਾਲ ਕੰਮ ਕੀਤੇ ਨੇ ਬਿਹਤਰੀਨ ਤਰੀਕੇ ਨਾਲ ਕੀਤੇ ਨੇ ਨਹੀਂ ਸਰ ਇਹ ਤਾਂ ਬਾਦਲਾਂ ਦੀ ਇੱਕ ਕਹਿਣਾ ਜਿਹਾ ਉਹਦੀ ਸਿਆਸਤ ਬਣ ਕੇ ਰਹਿ ਗਈ ਹੈ ਜੀ ਇਹਨਾਂ ਦੇ ਜਿਸ ਤਰ੍ਹਾਂ ਆਪਾਂ ਡਾਕ ਪਾਉਂਦੇ ਸੀ ਪੁਰਾਣੇ ਵੀ ਲਫਾਫੇ ਵਿੱਚ ਤੇ ਚਿੱਠੀ ਨਿਕਲਦੀ ਆ ਉਹ ਕੰਮ ਹੈ ਜੀ ਇਹ ਬਾਦਲਾਂ ਦੇ ਹੀ ਇਹ ਲੋਂਗੋਵਾਲ ਜਿਹੜਾ ਪ੍ਰਧਾਨ ਬਣਿਆ ਹੈ ਇਹ ਬਾਦਲਾਂ ਦਾ ਹੀ ਚੇਲਾ ਹੈ ਜੀ ਇਹ ਦੁਵਾਰਤ ਜਿਹੜਾ ਬਣਿਆ ਹੈ ਬਾਦਲਾਂ ਨੇ ਹੀ ਬਣਾਇਆ ਹੈ ਜੀ ਨਾ ਹੁਣ ਤੱਕ ਇਹਨਾਂ ਨੇ ਹੁਣ ਦੇਖੋ ਅਸੀਂ ਜ਼ਿਆਦਾ ਗਲਤੀਆਂ ਨਹੀਂ ਕਰਦੇ ਹੁਣ ਆਪਣੇ ਪੰਜਾਬ ਦੇ ਤਰਸ ਦੀ ਆਈ ਸੀ ਜਦੋਂ ਸਭ ਤੋਂ ਜ਼ਿਆਦਾ ਜਿਹੜੇ ਆਪਣੇ ਖਾਲਸਾ ਜਿਹੜਾ ਵਾਲੇ ਆ ਜੀ ਰਵੀ ਸਿੰਘ ਉਹਨਾਂ ਨੇ ਕੰਮ ਕਰਿਆ ਜੀ ਸਾਡੇ ਪੰਜਾਬ ਵਾਸਤੇ ਕੁਝ ਵੀ ਨਹੀਂ ਕਰਿਆ ਇਹਨਾਂ ਔਰ ਜਿੰਨੀ ਆਪਣੀ ਆ ਪੰਜਾਬ ਸਰਕਾਰ 100 ਕਰੋੜ ਤੇ ਉੱਪਰ ਬਜਟ ਹੈ ਜੀ ਇਹਨਾਂ ਦਾ ਤੇ ਇਹਨਾਂ ਨੇ ਕੋਈ ਸਾਡੇ ਇਲਾਕੇ ਵਿੱਚ ਤਾਂ ਇੱਥੇ ਕੋਈ ਸਕੂਲ ਲੰਦਾ ਹੈ ਨਹੀਂ ਕੋਈ ਸਾਰੇ ਪ੍ਰਾਈਵੇਟ ਸਕੂਲ ਆ ਸਾਡੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਆ ਜੀ ਨਾ ਅਸੀਂ ਕਿਸੇ ਨੂੰ ਪੈਸਾ ਸਾਡਾ ਜਿੰਨੀਆਂ ਫੀਸਾਂ ਜਾਂਦੀਆਂ ਜੀ ਸਭ ਪ੍ਰਾਈਵੇਟ ਸਕੂਲਾਂ ਦੇ ਉਹਦੇ ਵਿੱਚ ਜਾਂਦੀਆਂ ਆ ਜੀ ਨਾ ਸ਼੍ਰੋਮਣੀ ਕਮੇਟੀ ਤਾਂ ਇੱਕ ਕਹਦੇ ਵੀ ਤੁਸੀਂ ਬਾਦਲਾਂ ਦੀ ਕੋ ਬਣ ਕੇ ਰਹਿ ਗਈ ਹੈ ਜੀ ਇਹ ਬਾਦਲਾਂ ਦੀ ਨੁਮਾਇੰਦੀ ਕਰਨ ਜੋਗੀ ਪਹਿਲਾਂ ਹਰਪ੍ਰੀਤ ਬਣਾਇਆ ਇਹਨਾਂ ਇਹ ਵੀ ਬਾਦਲਾਂ ਦਾ ਨੁਮਾਇੰਦਾ ਹੀ ਹੈ ਜਿਹੜਾ ਬਣਿਆ ਨਾ ਤਾਂ ਇਹਨਾਂ ਹੁਣ ਤੱਕ ਕੋਈ ਸਿੱਖਾਂ ਵਾਸਤੇ ਕੰਮ ਕਰਿਆ ਨਾ ਕਰਦੀ ਹੈ ਜੀ ਇਹ ਅੱਛਾ ਦੂਜੀ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਹੋਂਦ ਦੇ ਵਿੱਚ ਆਈ ਸੀਗੀ ਤੁਹਾਨੂੰ ਲੱਗਦਾ ਕਿ ਜਿਵੇਂ ਗੁਰਦੁਆਰਿਆਂ ਦੇ ਵਿੱਚ ਪ੍ਰਬੰਧ ਹੋਣੇ ਚਾਹੀਦੇ ਨੇ ਵਿਸ਼ਪ ਪਰ ਦੇ ਵਿੱਚ ਸ਼੍ਰੋਮਣੀ ਕਮੇਟੀ ਦੀ ਜਿਹੜੀ ਹੈਗੀ ਹੈ ਉਹ ਹੌਂਦ ਨੂੰ জাফর ਸ਼ਰੋਮਣੀ ਕਮੇਟੀ ਦੇ ਪ੍ਰਚਾਰ ਨੂੰ ਸਿੱਖ ਭਾਈਚਾਰਾ ਦੇਖਦਾ ਹੈ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਸ਼ਰੋਮਣੀ ਕਮੇਟੀ ਦੇ ਵੱਲੋਂ ਸਿੱਖਾਂ ਦੇ ਲਈ ਪ੍ਰਚਾਰ ਕੀਤਾ ਜਾਣਾ ਚਾਹੀਦਾ ਸੀ ਉਹ ਕੀਤਾ ਗਿਆ ਹੈ ਜਾਂ ਫਿਰ ਨਹੀਂ ਕੀਤਾ ਗਿਆ ਨਹੀਂ ਸਰ ਹੁਣ ਤੱਕ ਤਾਂ ਕੀਤਾ ਹੀ ਨਹੀਂ ਜੀ ਪ੍ਰਚਾਰ ਇਹਨਾਂ ਪ੍ਰਚਾਰ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਰਿਆਤਾ ਜੀ ਸ਼ਰੋਮਣੀ ਕਮੇਟੀ ਤੇ ਤਕਰੀਬਨ ਜ਼ਿਆਦਾ ਹੀ ਕਰਿਆਤਾ ਇਹਨਾਂ ਹੁਣ ਤੁਸੀਂ ਆਪੇ ਦੇਖ ਲਓ ਲੁਧਿਆਣੇ ਦੇ ਲਾਗ ਉਹਨਾਂ ਦੇ ਸਾਥੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾਤਾ ਜੀ ਇਹਦੇ ਉਹਨਾਂ ਤੇ ਇਹਨਾਂ ਨੇ ਸ੍ਰੀ ਆਮ ਤੁਮਾ ਜਿਹੜਾ ਆਪਣਾ ਤੁਮੇ ਰਣ ਸ੍ਰੀ ਆਮ ਨਾਂ ਲੱਤਿਆਤਾ ਜੀ ਕਿ ਜੀ ਨਾ ਕੋਈ ਕਾਰਵਾਈ ਨਹੀਂ ਕਰੀ ਹੈ ਹੁਣ ਤੱਕ ਆ ਸਰਸੇ ਸਾਹ ਦਾ ਸਾਧ ਵਾਲਾ ਜੀ ਸ੍ਰੀ ਆਮ ਉਹਨੇ ਨਾਂ ਲਿਆ ਜੀ ਹਾਂਜੀ ਵੀ ਅਸੀਂ ਉਹਨੂੰ ਮਾਫੀ ਦਿੱਤੀ ਹੈ ਇਹਨਾਂ ਨੇ ਤਾਂ ਕੁਝ ਵੀ ਨਹੀਂ ਹੈ ਉਹਦੇ ਬਾਰੇ ਉਹ ਕਰਿਆ ਜੀ ਇਹ ਤਾਂ ਇੱਕ ਜੋ ਬਾਦਲਾਂ ਨੇ ਕਹੇ ਤੇ ਆ ਜੀ ਸੁਖਵੀਰ ਸਿੰਘ ਜੀ ਨੇ ਕਹੇ ਤੇ ਮਜੀਠੀਏ ਨੇ ਕਹੇ ਤੇ ਜਗੀਰ ਕੌਰ ਨੇ ਕਹੇ ਤੇ ਇਹ ਆਪਣਾ ਬਾਦਲ ਨੇ ਕਹੇ ਤੇ ਜਿਸ ਤਰ੍ਹਾਂ ਉਹਨੇ ਕਹੇ ਤੇ ਉਸ ਤਰ੍ਹਾਂ ਹੀ ਕੰਮ ਹੋਣਾ ਜੀ ਇਹਨਾਂ ਨੇ ਤਾਂ ਜੋ ਕੁਝ ਉਹਨਾਂ ਲਫਾਫੇ ਮਰਜੀ ਤਾਂ ਕਹਦੇ ਵੀ ਚਿੱਠੀ ਪਾ ਕੇ ਦੇਤੀ ਇਹਨੂੰ ਉਹ ਖੁੱਲ ਗਈ ਜੋ ਕੁਝ ਉਹਨਾਂ ਨੇ ਕਹੇ ਤੇ ਉਹ ਕੁਝ ਹੋਣਾ ਹੈ ਜੀ ਸਾਡੇ ਵਾਸਤੇ ਤਾਂ ਸਿੱਖਾਂ ਵਾਸਤੇ ਤਾਂ ਇਹਨੇ ਕਰਿਆ ਹੀ ਨਹੀਂ ਜੀ ਕੁਝ ਵੀ ਨਾ ਕਰਿਆ ਇਹਨੇ ਨਾ ਕਰਦੇ ਆ ਜੀ ਇਹ ਜੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਗੁਰਮੀਤ ਸਿੰਘ ਅੱਛਾ ਗੁਰਮੀਤ ਕੀ ਲੱਗ ਰਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੀ ਸਤਿਕਾਰਯੋਗ ਹੈ ਹਰ ਇੱਕ ਪੱਦਰ ਦੇ ਉੱਤੇ ਸਿੱਖਾਂ ਦੇ ਵਿੱਚ ਸਤਿਕਾਰ ਹੈਗਾ ਇਸ ਨੂੰ ਲੈ ਕੇ ਤੁਹਾਨੂੰ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕੀਤੇ ਜਾਣੇ ਚਾਹੀਦੇ ਸਨ ਚਾਹੇ ਗੁਰਦੁਆਰਿਆਂ ਦੀ ਸਾਂਭ ਸੰਭਾਲ ਨੂੰ ਲੈ ਕੇ ਹੋਵੇ ਚਾਹੇ ਸਿੱਖਾਂ ਨੂੰ ਲੈ ਕੇ ਹੋਵੇ ਸਿੱਖਾਂ ਦੇ ਦੇ ਪ੍ਰਬੰਧ ਹੋਣ ਸਿੱਖਿਆ ਹੋਵੇ ਸੇ ਸਹੂਲਤਾਂ ਹੋਣ ਜਾਂ ਫਿਰ ਸਿੱਖੀ ਦੇ ਪ੍ਰਚਾਰ ਦੇ ਲਈ ਜਿੰਨੇ ਕੰਮ ਕਰ ਰਹੀ ਹੈ ਸ਼ਰਮਣੀ ਕਮੇਟੀ ਬਿਹਤਰੀਨ ਹੈ ਜਾਂ ਫਿਰ ਇਸ ਤੋਂ ਵਧੀਆ ਹੋਣੀ ਚਾਹੀਦੀ ਸਰ ਨਹੀਂ ਨਹੀਂ ਸਭ ਤੋਂ ਘੱਟ ਹੀ ਕਰ ਰਹੀ ਕੰਮ ਜੀ ਕੋਈ ਹਸਤਾ ਵਾਲ ਨਹੀਂ ਹੈਗਾ ਕੋਈ ਸਕੂਲ ਨਹੀਂ ਹੈਗਾ ਕੋਈ ਸਿੱਖਿਆ ਦਾ ਕੋਈ ਵਾਦਾ ਨਹੀਂ ਹੋ ਰਿਹਾ ਜੀ ਸਰ ਪਾਸੇ ਜੀਰੋ ਹੈ ਸ਼ਰਮਣੀ ਕਾਲੀ ਦਾ ਅੱਛਾ ਕਿਵੇਂ ਦੇਖ ਰਹੇ ਹੋ 99 ਸਾਲ ਹੋ ਚੁੱਕੇ ਨੇ ਤੁਹਾਨੂੰ ਲੱਗਦਾ ਕਿ ਜਦੋਂ 1920 ਤੋਂ ਸ਼ੁਰੂਆਤ ਹੋਈ ਹੈ ਤੇ ਹੁਣ 99 ਸਾਲ ਹੋ ਚੁੱਕੇ ਨੇ ਅਗਲੇ ਸਾਲ ਸ਼ਤਾਬਦੀ ਮਨਾਈ ਜਾਣੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਕਾਰਜਕਾਲ ਦੇ ਦਰਮਿਆਨ ਜਿਸ ਤਰੀਕੇ ਦੇ ਨਾਲ ਤੁਹਾਨੂੰ ਲੱਗਦਾ ਕਿ ਗੁਰਦੁਆਰਿਆਂ ਸਹਿਬਾਨ ਦੇ ਜਿਹੜੇ ਪ੍ਰਬੰਧ ਹੈਗੇ ਨੇ ਉਹ ਬਿਹਤਰੀਨ ਹੋਏ ਨੇ ਜਾਂ ਫਿਰ 99 ਸਾਲ ਦੀ ਗੱਲ ਕਰ ਰਹੇ ਆ ਕੁਝ ਬਿਹਤਰੀਨ ਤਰੀਕੇ ਨਾਲ ਕਦਮ ਚੁੱਕੇ ਜਾ ਰਹੇ ਨੇ ਜਾਂ ਫਿਰ ਸਮੇਂ-ਸਮੇਂ ਦੌਰਾਨ ਸ਼੍ਰੋਮਣੀ ਕਮੇਟੀ ਦੇ ਵੱਲੋਂ ਸਿਰਫ ਤੋਂ ਸਿਰਫ ਦਾਅਵੇ ਕੀਤੇ ਜਾਂਦੇ ਨੇ ਦਾਅਵੇ ਹੈ ਜੀ ਕੋਈ ਕਦਮ ਨਹੀਂ ਚੁੱਕੇ ਜਾ ਰਹੀ ਸਮਝੋ ਕੈਮਰੇ ਲਗਾ ਤੈਨ ਗੁਰਦੁਆਰੇ ਮਾ ਪਰ ਕੈਮਰੇ ਦੀ ਕੋਈ ਸਾਫ ਸੰਭਾਲ ਨਹੀਂ ਕੋਈ ਚੱਲਦਾ ਨਹੀਂ ਕੋਈ ਰਿਕਾਰਡਿੰਗ ਨਹੀਂ ਉਹ ਮਾ ਬੱਲ ਲਗਾ ਕੇ ਛੱਡ ਦਿੱਤੇ ਨੇ ਕੈਮਰੇ ਸਿੱਖੀ ਦੇ ਪ੍ਰਚਾਰ ਦੇ ਲਈ ਕੋਈ ਕੋਈ ਪ੍ਰਚਾਰ ਨਹੀਂ ਕਰ ਰਹੀ ਸਮਾ نیچے ਜਾ ਰਹੀ ਆਪਣੀ ਸਿੱਖੀ ਜੀ ਸਭ ਤੋਂ ਇਹ ਸ਼੍ਰੋਮਣੀ ਕਾਲੀ ਦਰ ਜ਼ਿੰਮੇਵਾਰ ਹੈ ਸਾਰੀ ਇਹ ਕਰਨਾ ਚਾਹਵੇ ਤਾਂ ਇੱਕ ਦਿਨ ਮੈਂ ਕੁਸਤੇ ਕੁਸ ਕਰ ਸਕਦੀ ਪਰ ਕੁਝ ਨਹੀਂ ਕਰ ਰਹੀ ਜੀ ਤੈਨੂੰ ਲੱਗ ਰਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਸਿਆਸਤ ਹਾਵੀ ਹੈਗੀ ਹੈ ਨਿਰਪੱਖ ਤੌਰ ਦੇ ਉੱਤੇ ਕਾਰਵਾਈ ਨਹੀਂ ਕੀਤੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਹ ਸਿਆਸਤ ਹੀ ਹੈ ਸਾਰੀ ਜਿਹੜੇ ਆਪਣਾ ਮੈਂਬਰ ਹੁੰਦੇ ਨੇ ਨਾ ਇਹ ਸਾਰੀ ਸਿਆਸਤ ਦੇ ਭੁੱਖੇ ਕੁਰਸੀ ਦੇ ਭੁੱਖੇ ਇਹਨੂੰ ਕੋਈ ਸਿੱਖੀ ਨਾਲ ਲੈਣਾ ਦੇਣਾ ਨਹੀਂ ਜਾਂ ਕਾਂਗਰਸ ਵੇ ਜਾਂ ਅਕਾਲੀ ਦਲ ਵੇ ਇਹ ਸਾਰੇ ਇੱਕੋ ਇੱਕੋ ਥਾਲੇ ਦੇ ਚੱਟੇ-ਬੱਟੇ ਹੈ ਜੀ ਇਹ ਜ਼ੀਰੋ ਹੈ ਸਾਰੇ ਸਿੱਖੀ ਤਾਂ ਜ਼ੀਰੋ ਲੈ ਕੇ ਜਾ ਰਹੀ ਇਸ ਹੁਮਸੀ ਵਾਲੇ ਆਪਣਾ ਪ੍ਰਚਾਰ ਕਰ ਰਹੇ ਆ ਇਹ ਕੋਈ ਗਰੀਬ ਬੰਦੇ ਨੂੰ ਕੋਈ ਕੁਝ ਨਹੀਂ ਦੇ ਨਹੀਂ ਰਹੇ ਕੋਈ ਸਿੱਖੋ ਕੁਝ ਨਹੀਂ ਕਰ ਰਹੀ ਘਰ ਨਹੀਂ ਬਣਾ ਕੇ ਦੇ ਰਹੇ ਉਹ ਸਭ ਕੁਝ ਦੇ ਰਹੇ ਹੈ ਤਾਂ ਹੀ ਲੋਕ ਸਿੱਖੀ ਛੱਡ ਕੇ ਉਧਰ ਜਾ ਰਹੇ ਹੈ ਇਹ ਸਭ ਆਪਸ ਵਿੱਚ ਜ਼ੀਰੋ ਹੈ ਜੀ ਕਿਸ ਤਰ੍ਹਾਂ ਕਦਮ ਚੁੱਕਣੇ ਚਾਹੀਦੇ ਨੇ ਸਿੱਖੀ ਨੂੰ ਬਚਾਉਣ ਦੇ ਲਈ ਪ੍ਰਚਾਰ ਦੇ ਲਈ ਸਿੱਖਾਂ ਦੇ ਲਈ ਜਾਂ ਫਿਰ ਗੁਰਦੁਆਰਿਆਂ ਦੇ ਪ੍ਰਬੰਧ ਦੇ ਲਈ ਸ਼ਰਮਣੀ ਕਮੇਟੀ ਨੂੰ ਤੁਹਾਡੇ ਮੁਤਾਬਿਕ ਇਹਨੂੰ ਗੁਰਦੁਆਰੇ ਬਧੀਏ ਤੇ ਵਧੀਆ ਗਿਆਨੀ ਰੱਖਣਾ ਚਾਹੀਦਾ ਜੀ ਆਪਣਾ ਪ੍ਰਚਾਰ ਕਰਵਾਉਣਾ ਚਾਹੀਦਾ ਜੀ ਸੋ ਆਪਣਾ ਸਰਕਾਰੀ ਸਕੂਲ ਵਿੱਚ ਆਪਣਾ ਪ੍ਰਚਾਰ ਕਰਵਾਉਣਾ ਚਾਹੀਦਾ ਜੀ ਆਪਣਾ ਸਿੱਖੀ ਦਾ ਜੀ ਉਸ ਤੋਂ ਬਾਅਦ ਜੀ ਗੁਰਦੁਆਰੇ ਜਿੱਕਣਾ ਸਿੱਖੀ ਦਾ ਕੋਈ ਹਸਪਤਾਲ ਖੋਲ੍ਹਣਾ ਚਾਹੀਦਾ ਸਿੱਖ ਧਰਮ ਦੇ ਜੋ ਜਿੱਥੇ ਗਰੀਬ ਬੰਦੇ ਦਾ ਫ੍ਰੀ ਲਾਜ ਹੋ ਸਕੇ ਜੀ ਇਹ ਸਭ ਕੁਝ ਇਹ ਕਰ ਸਕਦੀ ਹੈ ਇਹਨਾਂ ਦਾ ਬਜਟ ਬਹੁਤ ਵੱਡਾ ਹੈ ਜੀ ਸਭ ਕੋਈ ਪੈਸਾ ਹੈਗਾ ਸਭ ਕੋਈ ਪੱਲਾਉਣਾ ਨਹੀਂ ਚਾਹੁੰਦੀ ਜੀ ਇਹ ਆਪੇ ਆਪ ਖਾ ਰਹੀ ਸਾਰੀ ਜੀ ਹਾਂਜੀ ਸੁਖਵੀਰ ਬਾਦਲ ਨੂੰ ਡੇਲੀ ਦਾ 1 ਕਰੋੜ ਇਨਕਮ ਹੋ ਰਹੀ ਹੈ ਜੀ ਜਾ ਰਿਹਾ ਗੁਰਦੁਆਰੇ ਵਿੱਚ ਤੂੰ ਜੇ ਨੂੰ ਗੁਰਦੁਆਰਾ ਐਨ ਤੋਂ ਛੜਵਾ ਲੈ ਵੀ ਤਾਂ ਸਭ ਕੁਝ ਸਮਝੋ ਛਡ ਗਿਆ ਜੀ ਅੰਦਰ ਜੀ ਬਹੁਤ ਬਹੁਤ ਧੰਨਵਾਦ ਸਰ ਨਾਲ ਗੱਲਬਾਤ ਕਰਨ ਦੇ ਲਈ ਸਸੀ ਕਾਲ ਜੀ ਸਸੀ ਕਾਲ ਜੀ ਕੀ ਨਾਮ ਹੈ ਜੀ ਕੁਲਵੰਤ ਸਿੰਘ ਆ ਜੀ ਅੱਛਾ ਕੁਲਵੰਤ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਵਾਰ ਫਿਰ ਚੋਣ ਹੋਈ ਹੈ ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਬਣੇ ਨੇ ਕਾਫੀ ਲੰਮਾ ਇਤਿਹਾਸ ਹੈਗਾ ਹੈ ਸੰਘਰਸ਼ਾਂ ਤੋਂ ਬਾਅਦ ਸਿੱਖਾਂ ਨੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਬਣਾਇਆ ਤੇ ਆਸ ਸੀਗੀ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੇ ਮਸਲੇ ਚੁਕੇਗੀ ਗੁਰਦੁਆਰਿਆਂ ਦੇ ਪ੍ਰਬੰਧ ਸੰਭਾਲੇਗੀ ਤੇ ਹਰ ਪੱਧਰ ਦੇ ਉੱਤੇ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਦੇ ਤੌਰ ਦੇ ਉੱਤੇ ਕੰਮ ਕਰੇਗੀ ਤੁਹਾਨੂੰ ਲੱਗਦਾ ਹੈ ਕਿ ਜਿਸ ਤਰੀਕੇ ਦੀ ਸੋਚ ਜਿਸ ਤਰੀਕੇ ਦੀ ਆਸ ਦੇ ਨਾਲ ਸਿੱਖਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਹੈਗੀ ਹੈ ਉਹ ਬਣਾਈ ਤੁਹਾਨੂੰ ਲੱਗਦਾ ਹੈ ਕਿ ਕੰਮ ਕਰ ਰਹੀ ਹੈ ਸ਼੍ਰੋਮਣੀ ਕਮੇਟੀ ਨਹੀਂ ਨਹੀਂ ਬਿਲਕੁਲ ਨਹੀਂ ਕੁਝ ਵੀ ਨਹੀਂ ਕਰ ਰਹੀ ਜੀ ਇਹ ਕੁਝ ਨਹੀਂ ਕਰ ਰਹੀ ਹੈ ਹੈਨਾ 90 ਸਾਲ ਚ ਕਰਿਆ ਨਹੀਂ ਜੀ ਕੁਝ ਵੀ ਦੇਖੋ ਤੁਸੀਂ ਕੀ ਕਰਿਆ ਇਹਨਾਂ ਨੇ ਕੁਝ ਨਹੀਂ ਕਰਿਆ ਪੱਠਾ ਪਠਾਲਦੇ ਨੇ ਸਾਡੀ ਸਿੱਖੀ ਦਾ ਸੇ ਕਾਂਦੀ ਬੁਰੀ ਹਾਲਤ ਕਰੀ ਪਈ ਹੈ ਨਾ ਨਾ ਪੁੱਛਦਾ ਕੋਈ ਨਾ ਆਣ ਕੇ ਦੇਖਦਾ ਪਿੰਡਾ ਚ ਆਣ ਕੇ ਦੇਖਣਾ ਚਾਹੀਦਾ ਨਾ ਮੜਮੜਾ ਘੁੰਮ ਕੇ ਦੇਖੋ ਵੀ ਕਿਆ ਪਿੰਡਾ ਦੀ ਬੁਰੀ ਹਾਲਤ ਕਰੀ ਹੋਈ ਪਈ ਹੈ ਨਾ ਸਾਰੇ ਸਿੱਖ ਅੱਧੂਏ ਪਾਸੇ ਰਲਣ ਲੱਗ ਗਏ ਡੇਰਿਆਂ ਚ ਡੇਰਿਆਂ ਚ ਜਾ ਕੇ ਰਲਣ ਲੱਗ ਗਏ ਸਿੱਖਾਂ ਐ ਤੁਹਾਨੂੰ ਲੱਗਦਾ ਕਿ ਸ਼ਰਮਣੀ ਕਮੇਟੀ ਸਭ ਸੰਭਾਲ ਨਹੀਂ ਕਰਦੀ ਸਿੱਖਾਂ ਦੀ ਪੁੱਛ ਪੜਤਾਲ ਨਹੀਂ ਕਰਦੀ ਫਿਰ ਜਿਹੜੇ ਸਿੱਖ ਹੈਗੇ ਨੇ ਐਸੀ ਵਜ੍ਹਾ ਦੇ ਨਾਲ ਡੇਰਿਆਂ ਦੇ ਵਿੱਚ ਜਾ ਰਹੇ ਨੇ ਹਾਂ ਐਸੀ ਵਜ੍ਹਾ ਦੇ ਨਾਲ ਡੇਰਿਆਂ ਚ ਜਾ ਰਹੇ ਜਾਇ ਪੁੱਛ ਨਹੀਂ ਕਰ ਰਹੇ ਪਿੰਡਾ ਚ ਆ ਨਹੀਂ ਰਹੇ ਤਾਂ ਡੇਰਿਆਂ ਚ ਜਾ ਰਹੇ ਸਭ ਖੁਦਾ ਅਸੀਂ ਡੇਰ अच्छा हां ਅਸੀਂ ਖੁਦ ਆਪ ਡੇਰਿਆ ਚ ਜਾ ਕੋਈ ਪੁੱਛਦਾ ਹੀ ਨਹੀਂ ਜਿਆਦਾ ਆਣ ਕੇ ਕੋਈ ਗੱਲ ਨਹੀਂ ਕਰਦਾ ਕੋਈ ਫਿਰ ਸਾਡੇ ਡੇਰਿਆ ਚ ਹੀ ਜਾਉਂਗੇ ਜੀ ਡੇਰਿਆ ਚ ਪੂਰੀ ਪੁੱਛ ਹੋ ਰਹੀ ਸਾਡੀ ਸਭ ਕੋ ਪੁੱਛ ਰਹੇ ਹਾਂ ਸਭ ਕੋ ਦੇ ਰਹੇ ਹੋ ਸਭ ਗੱਲਬਾਤ ਕਰਦੇ ਆ ਸਭ ਕੋ ਪੁੱਛਦੇ ਹੋ ਫਿਰ ਅਸੀਂ ਡੇਰਿਆ ਚ ਹੀ ਜਾਉਂਗੇ ਜੀ ਨਾ ਛੱਡ ਕੇ ਜੀ ਜੀ ਬਹੁਤ ਬਹੁਤ ਧੰਨਵਾਦ ਸਾਡਾ ਗੱਲਬਾਤ ਕਰਨ ਦੇ ਲਈ ਸੋ ਲਗਾਤਾਰ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਕਿ ਆਖਿਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੀ ਸਤਿਕਾਰਤ ਹੈਗੀ ਐ ਇਸ ਥਿੱਖਾਂ ਦੇ ਵਿੱਚ ਵੱਡਾ ਅਸਥਾਨ ਰੱਖਦੀ ਹੈ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ ਸੀ 1920 ਦੇ ਵਿੱਚ ਸਥਾਪਨਾ ਹੋਈ ਹੈ ਪਰ ਵੱਡਾ ਸਵਾਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੰਮ ਕਰ ਰਹੀ ਹੈ ਕਿ ਆਖਿਰ ਸਿੱਖਾਂ ਦੇ ਮਸਲੇ ਜਿਹੜੇ ਚੁੱਕੇ ਜਾਣੇ ਚਾਹੀਦੇ ਸਨ ਉਹ ਸ਼੍ਰੋਮਣੀ ਕਮੇਟੀ ਦੇ ਵੱਲੋਂ ਚੁੱਕੇ ਗਏ ਜਾਂ ਫਿਰ ਨਹੀਂ ਚੁੱਕੇ ਗਏ ਪਰ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਲੋਕਾਂ ਦਾ ਕਹਿਣਾ ਹੈ ਕਿ ਕਿਤਨਾ ਕਿਤੇ ਮਸਲੇ ਵਿਚਾਰੇ ਜਾਂਦੇ ਨੇ ਪਰ ਉਹਨਾਂ ਦੇ ਜਿਹੜੇ ਹੱਲ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਨਹੀਂ ਕੀਤੇ ਜਾਂਦੇ ਨਾ ਤਾਂ ਸਿੱਖਿਆ ਦੇ ਲਈ ਕਦਮ ਚੁੱਕੇ ਜਾਂਦੇ ਨੇ ਨਾ ਸਿਹਤ ਸਹੂਲਤਾਂ ਦੇ ਲਈ ਤੇ ਸਭ ਤੋਂ ਵੱਡੀ ਗੱਲ ਸਿੱਖੀ ਦੇ ਪ੍ਰਚਾਰ ਦੇ ਲਈ ਸ਼੍ਰੋਮਣੀ ਕਮੇਟੀ ਦੇ ਵੱਲੋਂ ਜਿਹੜੇ ਕਦਮ ਚੁੱਕੇ ਜਾਣੇ ਚਾਹੀਦੇ ਸਨ ਉਹ ਨਹੀਂ ਚੁੱਕੇ ਜਾਂਦੇ ਇਹ ਲੋਕਾਂ ਦਾ ਕਹਿਣਾ ਹੈ ਸੋ ਅੱਜ ਦੇ ਪੰਜਾਬ ਬੋਲ ਦਾ ਦੇ ਵਿੱਚ ਬਸੇ ਨਹੀਂ ਇਸ ਦੇ ਨਾਲ ਹੀ ਮੈਨੂੰ ਅਮਨਦੀਪ ਸਿੰਘ ਉਦਯੋਜ ਜੀ ਆਗਿਆ ਧੰਨਵਾਦ